दर्शन परसे ऐ गुरु कै जन्म मरण दुख जाए। दर्शन परसे ऐ गुरु कै जन्म मरण दुख जाए। वाहिगुरु साहिब जी। सोरठ महला पंजवा। हर मन तन वसिया सोई। जय जयकार करे सब कोई। गुर पूरे की वड़ियाई। ताकी कीमत कही ना जाई। हर मन तन वसिया सोई। जय जयकार करे सब कोई। गुर पूरे की वड़ियाई। ताकी कीमत कही ना जाई। हौ कुरबान जाई तेरे नावै। जिस नौ बखस लह मेरे प्यारे। सो जस तेरा गावै। रहाओ तू भारो स्वामी मेरा। संता परवासा तेरा। नानक प्रभ शरणाई। मुख निंदक कै शाई। तू भारो स्वामी मेरा। संता परवासा तेरा। नानक प्रभ शरणाई। मुख निंदक कै शाई। सोरठ महला पंजवा। हर मन तन वसिया सोई। जय जयकार करे सब कोई। वाहिगुरु जी का खालसा। वाहिगुरु जी की फतेह। सतगुरां दी साजी और निवाजी। परम सन्मान योग गुरु प्यारी गुरु सवारी खालसा साध संगत जी। आप जी वडभागे हो जो धन धन श्री गुरु ग्रंथ साहिब जी महाराज दीन दुनिया दे मालक सच्चे पातशाह जी दी हजूरी विच काफ़ी समय तो बह के इलाही पवित्र गुरबाणी का आप जी आनंद माण रहे हो। सो सतगुरां ने कृपा की है। श्रीमान संत ज्ञानी कपूर सिंह जी महापुरख जिन्हां ने के संगता दे सहयोग नाल जो ये भैन जसविंदर कौर ते भैन मनदीप कौर वास्ते ये सोहणे रहण वसेरे जो ਉਹ ਬਖਸ਼ੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸੋ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਦੇ ਪਵਿੱਤਰ ਚਰਨ ਉਹ ਗ੍ਰਹਿ ਵਿਖੇ ਪਵਾਉਣਾ ਕੀਤੇ ਸਤਿਗੁਰਾਂ ਨੇ ਨਿਹਾਲ ਕੀਤਾ ਹੈ। ਜੋ ਆਪ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਚੱਲ ਕੇ ਸੇਵਕਾਂ ਦੇ ਗ੍ਰਹਿ ਵਿਖੇ ਆਏ ਭਾਈ ਬਰਿਆਮ ਸਿੰਘ ਜੀ ਜਥੇਦਾਰ ਬਾਬਾ ਪਿੱਪਲ ਸਿੰਘ ਜੀ ਗਿਆਨੀ ਜੱਸਾ ਸਿੰਘ ਜੀ ਅਤੇ ਹੋਰ ਜਿਹੜੇ ਸਿੰਘ ਨੇ ਅਤੇ ਜਿਨ੍ਹਾਂ ਸਿੰਘਾਂ ਨੇ ਬੜੇ ਪ੍ਰੇਮ ਨਾਲ ਜੋ ਕਲਗੀਧਰ ਪਿਤਾ ਜੀ ਦੀ ਚਲਾਈ ਹੋਈ ਮਰਿਆਦਾ ਦੇ ਅਨੁਸਾਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਾਧ ਬੋਧ ਬਾਣੀ ਦੇ ਧੁਰ ਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਉਹ 25 ਸਿੰਘਾਂ ਦੀ ਮਰਿਆਦਾ ਨਾਲ ਉਹ ਪ੍ਰਕਾਸ਼ ਸ਼੍ਰੀ ਅਖੰਡ ਪਾਠ ਸਾਹਿਬ ਕਰਨਾ ਕੀਤੇ। ਸੋ ਬੜੇ ਪ੍ਰੇਮ ਨਾਲ ਸਿੰਘਾਂ ਨੇ ਬਾਣੀ ਪੜ੍ਹੀ ਹੈ। ਇੱਕ ਤਾਂ ਹੁੰਦੀ ਹੈ ਕਿ ਗੁਰਬਾਣੀ ਪੜ੍ਹਨੀ,
एक हुंदा है कि नाल दी नाल सतगुरां दे पवित्र अदब सत्कार दा भी ध्यान रखना यह बहुत वड्डी गल है। हुण इत्थे इह गल नहीं कि पाठी सिंह कोल बैठे ने ते उहनां नूं खुश करन वास्ते दास उहनां दी सिफत कर रहा है, यह गल नहीं। ये मनो ही ये भावना दे नाल दास कह रहा है कि श्री गुरु ग्रंथ साहिब महाराज दा गुरबाणी दा सत्कार जिहड़ा करना है बहुत वड्डा फल है। पर अजकल वेखीदा है पाठी सिंघां ने ड्यूटी लाई ना तां पवित्र अंगां दी सेवा दा उहनां नूं पता हुंदा है। ਉਹ ਉਂਗਲੀਆਂ ਦੋ ਉਂਗਲੀਆਂ ਦੇ ਵਿੱਚ ਉਹ ਮਹਾਰਾਜ ਦਾ ਅੰਗ ਲੈ ਕੇ ਉਵੇਂ ਲੱਦ ਦਿੰਦੇ ਨੇ, ਉਵੇਂ ਉਲਟਾ ਦਿੰਦੇ ਨੇ, ਕਦੇ ਗੋਡਾ ਖੜਾ ਕਰ ਲਿਆ, ਕਦੇ ਕੁਝ ਕਰ ਲਿਆ, ਕਦੇ ਪੀੜੇ ਥੱਲੇ ਪੈਰ ਰੱਖ ਲਏ, ਕਦੇ ਕੁਝ ਕਰ ਲਿਆ। ਬੜਾ ਕੁਝ ਅੱਜ ਚੱਲਦਾ ਹੈ, ਕੇਵਲ ਰੁਜ਼ਗਾਰ ਦਾ ਧੰਦਾ ਬਣਾ ਲਿਆ ਜਿਨ੍ਹਾਂ ਦੀ ਭਾਵਨਾ ਨਹੀਂ ਹੈ, ਜਿਨ੍ਹਾਂ ਨੇ ਮਾਇਆ ਨੂੰ ਮੁੱਖ ਰੱਖਿਆ ਹੈ। ਪਰ ਐਸੇ ਵੀ ਗੁਰਮੁਖ ਪਿਆਰੇ ਨੇ, ਚਲੋ ਠੀਕ ਹੈ ਮਾਇਆ ਗੁਜ਼ਾਰੇ ਵਾਸਤੇ ਚਾਹੀਦੀ ਹੈ, ਪਰ ਐਸੇ ਵੀ ਗੁਰਮੁਖ ਪਿਆਰੇ ਨੇ ਜਿਹੜੇ ਨਾਲ ਦੀ ਨਾਲ ਗੁਰਬਾਣੀ ਦਾ ਅਦਬ ਸਤਿਕਾਰ ਵੀ ਰੱਖਦੇ ਨੇ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ, ਆਪ ਜੀ ਹੀ ਕਿਰਪਾ ਕਰਕੇ ਅਦਬ ਸਤਿਕਾਰ ਕਰਵਾ ਸਕਦੇ ਹੋ, ਸਾਡੇ ਵਿੱਚ ਕੋਈ ਬਲ ਬੁੱਧ ਨਹੀਂ ਹੈ। ਜੇ ਬੰਦਾ ਹੰਕਤਾ ਦੇ ਸਹਿਤ ਹੰਕਾਰ ਦੇ ਸਹਿਤ ਕਹੇ ਕਿ ਮੈਂ ਕਰ ਸਕਦਾ ਹਾਂ, ਮੈਂ ਸਤਿਗੁਰਾਂ ਦਾ ਸਤਿਕਾਰ ਕਰ ਸਕਦਾ ਹਾਂ, ਉਹ ਤਾਂ ਪਤਾ ਨਹੀਂ ਆ ਕਦੋਂ ਮਹਾਰਾਜ ਨੇ ਕੋਈ ਭੁਲੇਖਾ ਪਾ ਦੇਣਾ। ਇਸ ਕਰਕੇ ਇੱਥੇ ਹੰਕਤਾ ਨਹੀਂ, ਇੱਥੇ ਨਿਮਰਤਾ ਦੀ ਗੱਲ ਹੈ। ਨਿਮਰਤਾ ਨਾਲ ਤੇ ਭਾਵਨਾ ਨਾਲ ਸ਼ਰਧਾਵਾਨ ਲਭਤੇ ਗਿਆਨ, ਸ਼ਰਧਾ ਭਾਵਨਾ ਸਤਿਗੁਰਾਂ 'ਤੇ ਰੱਖਾਂਗੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਆਪ ਅੰਗ ਸੰਗ ਹੋ ਕੇ ਤੇ ਦੁਕਾਲੰ ਪ੍ਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਹੋ ਕੇ ਆਪ ਹੀ ਫਿਰ ਗੁਰਬਾਣੀ ਪੜ੍ਹਾਉਂਦੇ ਨੇ ਤੇ ਆਪ ਹੀ ਸਰੋਤਾ ਰੂਪ ਹੋ ਕੇ ਫਿਰ ਸੁਣਦੇ ਨੇ ਤੇ ਆਪ ਹੀ ਸਾਰੇ ਕਾਰਜਾਂ ਵਿੱਚ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਗ ਸੰਗ ਸਹਾਈ ਹੁੰਦੇ ਨੇ। ਇਹ ਐਸੀ ਧੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਸੰਪੂਰਨ ਤਾਈ ਤੱਕ ਪੜ੍ਹ ਕੇ ਗੁਰਬਾਣੀ ਭੋਗ ਪਾਏ ਗਏ ਅਤੇ ਉਪਰੰਤ ਜੋ ਗੁਰਦੁਆਰਾ ਸੱਚਖੰਡ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਦੀਪ ਸਿੰਘ ਜੀ ਉਹਨਾਂ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਅਤੇ ਰਾਗੀ ਭਾਈ ਤ੍ਰਿਲੋਚਨ ਸਿੰਘ ਜੀ ਜੋ ਹਜ਼ੂਰੀ ਰਾਗੀ ਜੋ ਗੁਰਦੁਆਰਾ ਆਲਮਗੀਰ ਸਾਹਿਬ ਹੈ ਅਤੇ ਉਹਨਾਂ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਸੋ ਬੜੇ ਹੋਰ ਵੀ ਗੁਰਮੁਖ ਪਿਆਰੇ ਪਹੁੰਚੇ ਹੋਏ ਨੇ ਅਤੇ ਪੰਜ ਪਿਆਰਿਆਂ ਦੀ ਸੇਵਾ ਵਿੱਚ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਲੱਗਣ ਵਾਲੇ ਸਿੰਘ ਭਾਈ ਨਿਰਮਲ ਸਿੰਘ ਜੀ ਅਤੇ ਹੋਰ ਗੁਰਮੁਖ ਪਿਆਰੇ ਜਿਹੜੇ ਪਹੁੰਚੇ ਹੋਏ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪ ਹੀ ਹੁਣ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਜੋ ਪਵਿੱਤਰ ਸ਼੍ਰੀ ਮੁੱਖ ਬਾਗ ਦੀ ਬਖਸ਼ਿਸ਼ ਸਤਿਗੁਰਾਂ ਨੇ ਕਿਰਪਾ ਕਰਕੇ ਕੀਤੀ ਹੈ ਉਹ ਆਪ ਹੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾ ਲੈਣ। ਧੁਰ ਕੀ ਬਾਣੀ ਜਿਹੜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸਰਗੁਣ ਸਰੂਪ ਧਾਰ ਕੇ ਆਏ, ਅਕਾਲ ਪੁਰਖ ਪਰਮੇਸ਼ਰ ਨੇ ਸਰਗੁਣ ਸਰੂਪ ਧਾਰ ਕੇ ਜੋ ਸੰਗਤਾਂ ਨੂੰ ਨਿਹਾਲ ਕੀਤਾ, ਪਵਿੱਤਰ ਜਪਜੀ ਸਾਹਿਬ ਦੀ ਗੁਰਬਾਣੀ ਰਚਨਾ ਕੀਤੀ ਮਹਾਰਾਜ ਨੇ, ਜੋ ਅਕਾਲ ਪੁਰਖ ਪਰਮੇਸ਼ਰ ਦੇ ਲੜ ਨਾਲ ਸਾਨੂੰ ਲਾਇਆ, ਪਖੰਡ ਦਾ ਖੰਡਨ ਕੀਤਾ, ਜਿਹੜੇ ਐਵੇਂ ਕਰਮ ਕਾਂਡਾਂ ਵਿੱਚ ਲੱਗੇ ਹੋਏ ਸੀ ਅਤੇ ਉਹਨਾਂ ਨੂੰ ਵੀ ਸਮਝਾਉਣਾ ਕੀਤਾ ਸਤਿਗੁਰਾਂ ਨੇ, ਸਿੱਧਾ ਨਾਲ ਵੀ ਗੋਸ਼ਟ ਹੋਈ। ਜਦੋਂ ਕਹਿੰਦੇ ਸੀ, ਕਹਿੰਦੇ ਤੁਸੀਂ ਇਹ ਜੋ ਆਪਣੀ ਬਾਣੀ ਰਚੀ ਹੈ ਇੱਕ ਓਅੰਕਾਰ ਤੁਸੀਂ ਕਹਿੰਦੇ ਹੋ, ਇਹਦੇ ਬਾਰੇ ਸਾਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਦੱਸੋ। ਫਿਰ ਚੰਗੀ ਤਰ੍ਹਾਂ ਸਾਰੇ ਜਿਹੜੇ ਸਿੱਧ ਕਹਿੰਦੇ ਸੀ ਇਹਦੇ ਵਿੱਚ ਇਹ ਦੋਸ਼ ਹੈ ਵਿਆਕਰਨ ਅਨੁਸਾਰ ਦੱਸੋ, ਅਤੇ ਸਾਰਾ ਕੁਝ ਨਿਰੁੱਤਰ ਕਰ ਦਿੱਤਾ ਸਤਿਗੁਰਾਂ ਨੇ।
बड़ा कुछ करते सी कहिंदे इक ओंकार तो बाद सतनाम तक अपना मंत्र लिख लैंदे अगे लिखण दी की लोड़ सी ते महाराज ने कल्ला कल्ला करके फिर उह सारिआं नूं सिद्धां नूं निरुत्तर कीता ते धन धन श्री गुरु अंगद देव साहिब महाराज तो जो तरतीब बार जपजी साहिब दी पौड़ियां लिखवाउणा कीतियां ते ऐसी धुरकी बाणी दी बख्शी सतगुरां ने सानूं करना कीती है। पंजवें सरूप विच धन धन श्री गुरु ग्रंथ साहिब महाराज दे पवित्र सरूप जो भाई गुरदास जी तो महाराज ने पवित्र गुरबाणी लिखवा करके श्री हरिमंदर साहिब प्रकाश करना कीते ते सतगुरां दे अदब सत्कार नूं मुख रखदिआं होइआं आप धन धन श्री गुरु अर्जन देव साहिब जी महाराज पलक साहिब दे हेठां चादर विछा के विराज दे रहे। पर अज कल की वेखीदा है किसी गुरु घर जाइए जा किते श्री गुरु ग्रंथ साहिब महाराज दे प्रकाश होण तां कुर्सियां डाह के मेज डाह के बैठ जांदे ने जां पीड़े डाह के बैठ जांदे ने कहिंदे साडे जी गोडे नहीं कम करदे ते जदों किसी ब्याह शादी होवे डीजे लगे हुए होण गाने चलदे होण फिर उही बुढ़े बुढ़ी आगे होके भंगड़ा पाउंदियां ने उदों गोडिआं नूं की हो जांदा है उदों पता नहीं गोडिआं विच कहिड़ी ग्रीस कित्थों आ जांदी है। तां करके साध संगत जी इह गल नहीं है जिन्ना आपां अदब सत्कार महाराज दा रखांगे उन्नी श्रद्धा वधेगी उन्ना विराग वधेगा उन्नी भावना सतगुरां दे प्रति अपने मन विच वधेगी। तां करके सब तों वड्डी गल है सतगुरां दा अदब सत्कार रखणा। आप वड्डिआं ने रख के विखाया है सतवें पातशाह जदों मंजे दे विराजे होए सी संगत कीर्तन करदी आ रही सी जदों संगत ने वेख्या कि महाराज तां विराजे होए ने ते उहनां ने कीर्तन दे विश्राम दे दित्ता ते संगतां बैठ गईआं ते जदों आपस विच विचार कीती कि सतगुरु जी दा जागदी जोत ने फिर मगरों फिर संगत ने कीर्तन प्रारंभ कर दित्ता। जदों सतगुरां दे कन्नी पवित्र गुरबाणी की आवाज पई बड़ी काली नाल मंजे तो उठे ते काली नाल उठने करके गोडे दे चोट लग गई। सिख ने बेनती की महाराज जी ते आप जी ने बड़ी काली की है जी की गल कृपा करके दसना करो तो महाराज ने बचन किते कहिंदे असीं उच्ची थां ते मंजे दे विराजे होए सी ते संगत गुरबाणी का कीर्तन हेठा बह के कर रही सी इस करके गुरबाणी दे सत्कार विच फर्क पैंदा सी ते सिख बेनती करन लगा महाराज जी गुरबाणी भी आप जी दा ही रूप है आप जी गुरबाणी दा रूप हो ते फिर भी आप जी ने इन्नी काली कीती ते महाराज ने बचन कीते कहिंदे सिखा जे असीं नहीं गुरबाणी दा सत्कार करके विखाया तां सिख किवें करनगे। देखो वड्डिआं ने आप गुरबाणी का सत्कार करके विखाया है। जदों पंजवें पातशाह श्री गोइंदवाल साहब तो पोथियां साहब लैके गए ते बाबा बुढ़ा साहब जी भी कोल सी जदों पोथिया साहब नूं पालकी साहब च विराजमान किया ते बाबा बुढ़ा साहब जी कहन लगे महाराज जी पालकी साहब आप जी वास्ते होर लै आईए। महाराज ने मना कर दिता कि नहीं ये चौहान सतगुरां की बाणी है इन्हां दे बराबर असीं विराजमान नहीं हो सकते। आप नंगे चरणी सतगुरु सच्चे पातशाह जी ओ चौर साहब करते हुए फिर खडूर साहब नूं हुंदे हुए श्री अमृतसर साहब पवित्र पोथी साहब नूं लै के आए। अड़सठ घाट ते जदों पोथी साहब विराजमान कीतियां बाबा बुढ़ा साहब जी ने होर सिख संगतां ने सारी रात रैण सुबाई कीर्तन किया इन्ना सत्कार गुरबाणी का महाराज ने करना किया है। ये ऐसी धुरकी बाणी है ऐसा पवित्र नाम है सतगुरां दा जे नाम नूं जपिए ते गुरबाणी पढ़िए नाल दी नाल श्रद्धा भावना रखिए तां सतगुरु सच्चे पातशाह जी तुठे हो के बड़ी बख्शी सतगुरां ते कर दिंदे ने। इस करके गुरबाणी का भय अदब सत्कार रखना अपने सारिआं लई लाजमी है। ये सुनन नूं तां गल्लां आम जिहियां लगदियां ने पर अज कल इन्हां गल्लां दी लोड़ है। जदों श्री गुरु ग्रंथ साहिब महाराज की हजूरी विच आउणा उदों जोड़े आले जिहड़े पैर ने चंगी तरह धो के सतगुरां की हजूरी विच आउणा
पर कर दे की ने जोड़े लाए ते ला के पहली गल तो कई पैर नहीं धोंदे जे जे धोंदे भी ने तो मूहरे तो बस पंजा जा गिला कर लेंदे ने पूरा पैर नहीं धो के ला जी कई जराबा समेत सतगुरां दी हजूरी विच आ जांदे ने। इस तरह नहीं सतसंग जी करना चाहीदा जिथे भी श्री गुरु ग्रंथ साहिब महाराज दे प्रकाश होण ते उत्थे बड़ा सुचमता दा ते महाराज दे सत्कार दा जिहड़ा ध्यान रखना चाहीदा है ते इहदे विच अपनी भलाई है। हुण जे सत्कार नहीं कीता तां सतगुरां दा कुछ घट नहीं जाणा जे कर दिता तां कुछ वध नहीं जाणा घटना भी अपना ही है ते वधना भी अपना ही है। ता करके अपने मन विच भावना होनी चाहीदी है श्रद्धा होनी चाहीदी है कि जिन्ना सत्कार हो सके वह सतगुरां दा करिए पर आपां कर नहीं सकते वह होवेगा किवें जे सतगुरां दे चरणां विच अरदास बेनती करांगे क्योंकि सिख कोल अरदास ही है ना जे मन ना टिकदा होवे तां भी अरदास है जे कोई कार्ज प्रारंभ करना होवे तां भी अरदास है जे कोई शरीर चढ़ाई कर गया तां भी अरदास है ते हर काम जिवें 52 हुक्मां दे विच वी सतगुरां दा हुक्म है कि हर कारज की प्रारंभता वेले जो अरदास करनी जप जी साहब का पाठ करना आनंद साहब का पाठ करना इस तरह पर अजकल आनंद साहब भी 6 पौड़ियां पढ़ के ही सार देंदे ने 40 पौड़ियां तक तो कोई पहुँचता ही नहीं। इस करके गुरबाणी नूं कदे आप दी मर्जी नाल घटाइए ना आप दी मर्जी नाल वधाइए जो सतगुरां ने यह बख्शिश की है ते ओवें आपां गुरबाणी नूं पढ़ना करिए। कई कहिंदे ने 5 तों 3 कर दिओ जी ते कई दसम गुरु ग्रंथ साहिब महाराज ते किंतु करी जांदे ने उहनां दी बाणी ते किंतु करी जांदे ने। हुण जिहड़ी आपां अरदास करदे हाँ इह वी चंडी दी वार विचों पहली पौड़ी है ना ते उहदे ते किंतु करी जांदे ने। महाराज ने तां अपने सिख दा जीवन उच्चा सुच्चा करन वास्ते ਉਹ ਸਾਰਾ ਸਾਹਮਣੇ ਕਰਕੇ ਮਹਾਰਾਜ ਨੇ ਉਹ ਗੁਰਬਾਣੀ ਦੇ ਰਾਹੀਂ ਸਾਨੂੰ ਦੱਸਿਆ ਹੈ ਕਿ ਵੱਡੇ ਵੱਡੇ ਇੱਥੇ ਚਰਿੱਤਰ ਖੇਡਣ ਵਾਲੇ ਨੇ ਕਿਤੇ ਉਹਨਾਂ ਵਿੱਚ ਸਾਡਾ ਜਿਹੜਾ ਸਿੱਖ ਹੈ ਕਿਤੇ ਫਸ ਨਾ ਜਾਵੇ ਤੇ ਸਿੱਖ ਸਾਡਾ ਖਾਲਸਾ ਜਸ ਸਤ ਵਿੱਚ ਕਾਇਮ ਰਹੇ ਤੇ ਅਕਾਲ ਪੁਰਖ ਪਰਮੇਸ਼ਰ ਦੇ ਲੜ ਲੱਗੇ ਤਾਂ ਇਹ ਅਗਾਧ ਬੋਧ ਜਿਹੜੀ ਗੁਰਬਾਣੀ ਹੈ ਇਹ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸੋ ਜੋ ਸ਼੍ਰੀ ਮੁਖਬਾਗ ਦੀ ਬਖਸ਼ਿਸ਼ ਮਹਾਰਾਜ ਨੇ ਕੀਤੀ ਉਹ ਹੁਣ ਥੋੜ੍ਹੇ ਸਮੇਂ ਵਾਸਤੇ ਆਪਾਂ ਸਤਿਗੁਰਾਂ ਦੀ ਕਿਰਪਾ ਸਦਕਾ ਸਰਵਣ ਕਰਨਾ ਕਰੀਏ। ਸੂਰਠ ਮਹੱਲਾ 5ਵਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੂਰਠ ਰਾਗਣੀ ਵਿੱਚ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਹਰ ਮਾਨ ਤਨ ਵਸਿਆ ਸੂਈ ਤੇ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਜੋ ਪਰਮੇਸ਼ਰ ਹੈ ਹਰ ਮਨ ਤਨ ਵਸਿਆ ਸੋਈ ਉਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ। ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਹਰ ਦੇ 52 ਅਰਥ ਕੀਤੇ ਨੇ ਕਈ ਅਰਥ ਹਰ ਸ਼ਬਦ ਦੇ ਨੇ ਔਰ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਸਾਰਿਆਂ ਨੂੰ ਪ੍ਰਫੁੱਲਤ ਕਰਨ ਵਾਲਾ ਉਹ ਅਕਾਲ ਪੁਰਖ ਪਰਮੇਸ਼ਰ ਹੈ ਜਿਹਨੇ ਸਾਰੇ ਸੰਸਾਰ ਨੂੰ ਹਰਿਆਂ ਕੀਤਾ ਹੈ। ਹੁਣ ਪ੍ਰਾਣਾਂ ਨੂੰ ਵੀ ਹਰੇ ਕਰਨ ਵਾਲਾ ਉਹ ਹੈ ਇੰਦਰੀਆਂ ਨੂੰ ਵੀ ਪ੍ਰਫੁੱਲਤ ਕਰਨ ਵਾਲਾ ਉਹ ਹੈ। ਹੁਣ ਜੇ ਅੱਖਾਂ ਵਿੱਚ ਚੇਤਨ ਸੱਤਾ ਪਰਮੇਸ਼ਰ ਨਾ ਪਾਉਂਦਾ ਤਾਂ ਅੱਖਾਂ ਨਾਲ ਆਪਾਂ ਕਿਵੇਂ ਵੇਖ ਸਕਦੇ ਸੀ। ਕੰਨਾਂ ਵਿੱਚ ਸੁਣਨ ਦੀ ਚੇਤਨ ਸੱਤਾ ਜੇ ਪਰਮੇਸ਼ਰ ਜੀ ਨਾ ਪਾਉਂਦੇ ਤਾਂ ਆਪਾਂ ਕੰਨਾਂ ਨਾਲ ਕਿਵੇਂ ਸੁਣ ਸਕਦੇ ਸੀ। ਇਹ ਸਰੀਰ ਜੋ ਕਿਰਿਆ ਕਰਦਾ ਹੈ ਹੱਥ ਕੰਮ ਕਰਦੇ ਨੇ ਪੈਰ ਤੁਰਦੇ ਨੇ ਰਸਨਾ ਬੋਲਦੀ ਹੈ ਕੰਨ ਸੁਣਦੇ ਨੇ ਇਹ ਚੇਤਨ ਸੱਤਾ ਪਾਉਣ ਵਾਲਾ ਅਕਾਲ ਪੁਰਖ ਪਰਮੇਸ਼ਰ ਹੈ। ਜਦੋਂ ਉਹ ਆਪਣੀ ਜੋਤ ਨੂੰ ਖਿੱਚ ਲੈਂਦਾ ਹੈ ਨਾ ਚੇਤਨ ਸੱਤਾ ਖਿੱਚ ਲੈਵੇ ਫਿਰ ਤਾਂ ਬੰਦੇ ਕਹਿੰਦੇ ਨੇ ਪਰਿਵਾਰ ਵਾਲੇ ਕਹਿੰਦੇ ਨੇ ਕਹਿੰਦੇ ਤਾਂ ਮਰ ਗਿਆ ਜੀ ਚੁੱਕ ਕੇ ਲੈ ਜਾਓ ਦਾ ਸੰਸਕਾਰ ਕਰਦੇ ਚੇਤਨ ਸੱਤਾ ਵਿੱਚੋਂ ਨਿਕਲ ਗਈ ਨਾ। ਇਸ ਕਰਕੇ ਉਹ ਸਾਰੇ ਪ੍ਰਾਣਾਂ ਨੂੰ ਇੰਦਰੀਆਂ ਨੂੰ ਪ੍ਰਫੁੱਲਤ ਕਰਨ ਵਾਲਾ ਹੈ ਤਾਂ ਕਰਕੇ ਜੇ ਪ੍ਰਫੁੱਲਤ ਕਰਨ ਵਾਲਾ ਹੈ ਆਪਣਾ ਵੀ ਫਰਜ਼ ਬਣਦਾ ਹੈ
कि इन्हां इंद्रियां नूं आपां चंगे पासे लाईए। दस इंद्री कर रख है वास, इन्हां नूं वस विच रखना। जिहड़ी निगाह है नेत्र ने परत्रिय रूप ना पेखै नेत्र, साध की टहल संत संग हेत। करन ना सुनै काहू की निंदा, सब ते जानै आपस कौ मंदा। जिहड़ा नेत्र ने इन्हां नूं पराया रूप रंग तकण वल हटाउणा, पर हुंदा की है अपनी निगाह ही नहीं अपने वस विच। जे किते सफर ते जाइए रास्ते विच कोई लंघदा करदा उहदे वल निगाह टिका के वेखी जांदे ने। जे किते श्री गुरु ग्रंथ साहिब महाराज प्रकाशमान होण ते संगत सजी होई होवे, ते कई तां ऐसे ने ओह गुरबाणी नहीं सुणन आउंदे, ओह बस रूप रंग ही वेखण आउंदे ने। इह सच्ची गल है। जिहड़ा मत्था टेकना है उहदे वल वेखी जाणा, किहड़ा आया किहड़ा नहीं आया, उत्थे आ के भी नहीं मन नूं टिकाउणा। नेत्रां दी बाबत महाराज कहिंदे ने, इह नेत्र हो मेरे हो, हर तुम मह जोत धरी, हर बिन अवर ना देख हो कोई। ये नेत्रा नूं महाराज ने उपदेश बख्शिश किया, ए सरवण हो मेरे हो, सच है सुनना नौ पठाए। ते कन्ना नाल गंदे गाने नहीं सुनने, ते किसे दी निंदिया चुगली नहीं सुननी। पर जे गुरु घर कोल भी कोई ट्रैक्टर ते जांदा होवे, उची उची गाने लाए हुंदे ने, आप तां नरकां विच पैणा ही है। ते जिहड़े गुरु घर कोई गुरमुख प्यारा, कोई नितनेम करदा, कोई बाणी पढ़दा, ते उहनूं वी नहीं चंगी तरह बाणी पढ़न दिंदे, एडे एडे उच्ची गाने लाए हुंदे ने। किसे दे विआह कारज होवे, आनंद कारज होवे, ते अमृत वेले तां ते गुरबाणी दे पाठ करवा लैणे, जाप करवा लैणे, ते रात नूं फिर 12-12 वजे तक डीजे लगदे रहिंदे ने, गाने लगदे रहिंदे ने। ते एक पासे दा अरदास आपां ने कीती कि महाराज कारजा विच अंग संग सहाई होयो, ते दूजे पासे गंदे गाने ला ले। हुण जिथे शराबा कबाबा चलदियां ने, कि महाराज ने उत्थे आउणा है? फिर किवें सतगुरु जी आउणगे उत्थे? फिर बाद विच कहिंदे ने जी तलाक हो गया, ये गल्लां हो गईयां, लड़ाइयां हुंदियां ने, कलेश हुंदे ने। जे गुरबाणी नालों ही टुट गए फिर तां इह सब कुछ होणा ही है। जे गुरबाणी दा तुसीं सत्कार नहीं रखिया फिर ये सब कुछ भाणा वरतना ही है। इस करके ये कन्ना नूं आपां चंगे पासे लाईए, इन्हां कन्ना नाल गुरबाणी सुनीए, हरी जस सुनीए, परमेश्वर दे गुण कीर्ति सुनीए, ते पैरां नाल चल के संगत वल आईए, हत्थां नाल साह संगत की सेवा करिए, ते तप्पड़ झाड़ विछाए, धूड़ी नहाया, ते गुरु घर सेवा करिए। देखो उही झाड़ू आपां घर मारदे आ, घर की सफाई करदे आ, कदे पोचा ला दिता पर कोई फल तां नहीं प्राप्त हुंदा। बस इन्नी गल है कि सफाई हो जाती है, पर गुरु घर भावना नाल लाया होया झाड़ू, ते शरदा नाल कीती हुई सेवा, कोई जूठे भांड्यां दी सेवा करदा है, कोई ग्रंथी सिंह हो के गुरबाणी पढ़न दी सेवा करदा है, कोई कीर्तन करन दी सेवा करदा है, ते कोई दरियां झाड़ झाड़ के विछाउंदा है, कोई संगत दे जोड़े झाड़दा फिरदा है, कोई संगत नूं प्रशादा पाणी लंगर पाणी छकाउंदा फिरदा है। ये हत्थां नाल जिहड़ी सेवा करनी, ते सेवा कीती हुई फिर सफली भी है। पर सफली भी तां जे श्रद्धा भावना होवेगी, जे मन विच गल आ गई ना कि मैनूं सेवा करदे होए नूं फलाणा बंदा वेखे, ते बाद विच मेरी उस्तति करे, मेरी वडियाई करे कि इन्ना ही सेवा करदा है, ते इन्नी ही बाणी पढ़दा है। जे तां आपां वडियाई वास्ते करी गए फिर आपां नूं ओह फल जिहड़ा है ओह प्राप्त नहीं हो सकदा। इस करके निम्रता भी जरूरी है। जिहड़ी वडियाई छटियाई छड्ड के फिर भावना नाल महाराज दी सेवा करनी, इन्हां हत्थां नूं सफले करना, ते रसना नाल ते परमेश्वर दा नाम जपना, कीर्ति करनी। ए रसना तू अनरस राच रही, तेरी प्यास ना जाए, प्यास ना जाए होरत कितै, जिचर हर रस पल्लै ना पाए, हर रस पाए पल्लै पीए हर रस, बोहड़ ना तृष्णा लागै आए, एहो हर रस करमी पाईऐ सतगुर मिलै जिस आए, कहै नानक होर अनरस सब वीसरे, जा हर वसै मन आए। इन्हां रसना नाल शराबा कबाबा नहीं पीणियां, नशे नहीं खाने,
ते जो गुरु घर की मर्यादा है खंडे बाटे का अमृत छकना है सब तो पहले गुरु धारण करना है। ये गुरु धारण करने की मर्यादा है खंडे बाटे का अमृत छकना। हुण 10 तरीक नूं कल नूं खंडे बाटे का अमृत तैयार होगा गुरुद्वारा सचखंड साहब विखे। तो जिन्होंने भाई नहीं अमृत छकिया या जिन्हों तो अमृत छक कोई रहत बहत में ढिल मिस हुई है वह भी भाई सधाई करा सकता है अपने नाम गुरु घर इत्थे तुसीं लिखवा सकते हो। सो इस रसना नाल होरा रसा कसा नूं नहीं चखना होरा पदार्थां नूं खाण की इच्छा नहीं रखनी। इस रसना दे नाल उस अकाल पुरख परमेशर का जिहड़ा वह नाम जपना है। जदों नाम जपांगे नाम अनाम धातु तो जिहड़ा बनिया मन्निया है। हुण नाम की है किते बहुती भीड़ होवे ते किसे नूं आपां बुलाउणा होवे जां उहदी विशेषता ही जनाउणी होवे तां उहदा फिर आपां नाम लै के उहनूं संबोधन करदे हां उहनूं बुलाउंदे हां सददे हां उहदा नाम लै के। जे आपां बिना नाम तों बुलावांगे तां पता नहीं लगणा कि किहनूं बुलाया है। पर नाम जिहड़े दुनिया दे नाम ने रखे होए किसे दा नाम कुछ है किसे दा नाम कुछ है ये नाम नाशवंत ने। जिहड़े शरीर ने वह भी नाशवंत है ते नाल दी नाल नाम भी नाशवंत ने। पर जिहड़ा अकाल पुरख परमेशर दा नाम है वह कदे नाश नहीं हो सकता। सत नाम तेरा परा पूरबला सत जो त्रिकाल आबाद तिन्ना कालां विच जिहड़ा नाश होण तो रहत है ऐसा सत जो सच्चा परमेशर दा नाम है कदे नाश नहीं हो सकता। ਉਹ ਜਿਨ੍ਹਾਂ ਦੇ ਮਨ ਤੇ ਤਨ ਵਿੱਚ ਵਸ ਗਿਆ ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ। ਕਿਉਂਕਿ ਕਈ ਐਸੇ ਹੁੰਦੇ ਨੇ ਹਰੇਕ ਦੀ ਮਨ ਦੀ ਬਿਰਤੀਆਂ ਇੱਕ ਸਾਰ ਨਹੀਂ ਹੁੰਦੀਆਂ ਤੇ ਕਈਆਂ ਦੀ ਬਿਰਤੀ ਹੁੰਦੀ ਹੈ ਵਿਸ਼ੇ ਵਿਕਾਰਾਂ ਵਿੱਚ ਲੱਗੇ ਰਹਿੰਦੇ ਨੇ ਪਦਾਰਥਾਂ ਦੇ ਇਕੱਠੇ ਕਰਨ ਵਿੱਚ ਲੱਗੇ ਰਹਿੰਦੇ ਨੇ ਮਨ ਵਿੱਚ ਤੇ ਵਿਭਚਾਰ ਕਰਨ ਦੇ ਫੁਰਨੇ ਉੱਠਦੇ ਰਹਿੰਦੇ ਨੇ ਵਿਸ਼ੇ ਵਿਕਾਰਾਂ ਦੇ ਫੁਰਨੇ ਉੱਠਦੇ ਰਹਿੰਦੇ ਨੇ। ਤੇ ਕਈਆਂ ਦੀ ਐਸੀ ਬਿਰਤੀ ਹੁੰਦੀ ਹੈ ਤੇ ਭਾਵੇਂ ਉਹ ਮਾੜੇ ਕੰਮਾਂ ਵਿੱਚ ਲੱਗੇ ਨੇ ਪਰ ਕਦੇ ਕਦੇ ਖਿਆਲ ਆ ਜਾਂਦਾ ਹੈ ਕਦੇ ਫਲਾਣੇ ਪੁੰਨਾ ਕਰਕੇ ਸਾਨੂੰ ਇਹ ਦਾਤ ਪ੍ਰਾਪਤ ਹੋਈ ਹੈ ਇਸ ਕਰਕੇ ਅਸੀਂ ਪੁੰਨ ਕਰੀਏ ਉਹਨਾਂ ਦੀ ਇਹ ਬਿਰਤੀ ਹੁੰਦੀ ਹੈ। ਤੇ ਜਗਿਆਸੂਆਂ ਦੀ ਅੱਗੇ ਬਿਰਤੀ ਆ ਜਾਂਦੀ ਹੈ ਉਹ ਕਹਿੰਦੇ ਨੇ ਕਿ ਮਨੁੱਖਾ ਸਰੀਰ ਮਿਲਿਆ ਹੈ ਅੰਮ੍ਰਿਤ ਵੇਲੇ ਉੱਠੀਏ ਗੁਰਬਾਣੀ ਪੜ੍ਹੀਏ। ਕਦੇ ਕਦੇ ਤਾਂ ਇੰਨਾ ਵਿਰਾਗ ਮਨ ਵਿੱਚ ਪੈਦਾ ਹੋ ਜਾਂਦਾ ਹੈ ਕਿ ਸੰਸਾਰ ਨੂੰ ਭੁੱਲੀ ਜਾਂਦੇ ਨੇ ਅਤੇ ਬਾਣੀ ਪੜ੍ਹੀ ਜਾਣੀ ਨਾਮ ਜਪੀ ਜਾਣਾ ਅਤੇ ਕਦੇ ਕਦੇ ਮਨ ਇੰਨਾ ਅਤੇ ਮੋਟਾ ਹੋ ਜਾਣਾ ਇੰਨਾ ਮੋਟਾਪ ਆ ਜਾਣਾ ਮਨ ਦੇ ਵਿੱਚ ਅਤੇ ਸਾਰਾ ਦਿਨ ਬਾਣੀ ਦਾ ਫੁਰਨਾ ਹੀ ਨਹੀਂ ਆਉਣਾ ਮਨ ਵਿੱਚ ਗੁਰਬਾਣੀ ਪੜ੍ਹਨ ਨੂੰ ਚਿੱਤ ਹੀ ਨਹੀਂ ਕਰਨਾ ਐਸੀ ਉਹਨਾਂ ਦੀ ਇਹ ਬਿਰਤੀ ਹੋ ਜਾਂਦੀ ਹੈ। ਪਰ ਇੱਕ ਗੁਰਮੁਖ ਪਿਆਰੇ ਨੇ ਤੇ ਸਾਵਧਾਨ ਇਕਾਗਰ ਚੀਤ ਜਿਨ੍ਹਾਂ ਦੀ ਮਨ ਦੀ ਇਕਾਗਰਤਾ ਰਹਿੰਦੀ ਹੈ ਉਹ ਚੰਚਲਤਾ ਹੀ ਨਹੀਂ ਹੁੰਦੀ ਉਹਨਾਂ ਦੇ ਮਨ ਵਿੱਚ ਤੇ ਜਿਹੜਾ ਚੰਚਲਤਾ ਹੀ ਹੈ ਹੁਣ ਜਿਵੇਂ ਨਦੀ ਦਾ ਪਾਣੀ ਕਹਿ ਲਓ ਨਹਿਰ ਦਾ ਪਾਣੀ ਕਹਿ ਲਓ ਚੱਲਦਾ ਹੈ ਦਰਿਆ ਦਾ ਪਾਣੀ ਚੱਲਦਾ ਹੈ ਤੇ ਚੱਲਦੇ ਪਾਣੀ ਵਿੱਚ ਆਪਾਂ ਚਿਹਰਾ ਤਾਂ ਨਹੀਂ ਵੇਖ ਸਕਦੇ ਹਾਂ ਜੇ ਪਾਣੀ ਇੱਕ ਥਾਂ ਤੇ ਖੜਾ ਹੈ ਤੇ ਸਾਫ਼ ਹੈ ਉਹਦੇ ਵਿੱਚ ਆਪਾਂ ਆਪਣਾ ਚਿਹਰਾ ਵੇਖ ਸਕਦੇ ਹਾਂ। ਇਸ ਕਰਕੇ ਜਦੋਂ ਤੱਕ ਦਾ ਮਨ ਵਿੱਚ ਚੰਚਲਤਾ ਆਈ ਹੈ ਫੁਰਨੇ ਉੱਠਦੇ ਰਹਿੰਦੇ ਨੇ ਤੇ ਅਵਿਦਿਆ ਦੀ ਮੈਲ ਅਵਰਨ ਵਿਖੇਪ ਦੀ ਮੈਲਾਂ ਭਰੀਆਂ ਹੋਈਆਂ ਨੇ ਤੇ ਉਦੋਂ ਤੱਕ ਆਪਾਂ ਜਿਹੜਾ ਆਤਮਕ ਸਰੂਪ ਹੈ ਉਹਨੂੰ ਜਾਣ ਨਹੀਂ ਸਕਦੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਇਹ ਉਦੋਂ ਤੱਕ ਆਪਾਂ ਮਹਿਸੂਸ ਨਹੀਂ ਕਰ ਸਕਦੇ ਜਦੋਂ ਤੱਕ ਆਪਣਾ ਮਨ ਇਕਾਗਰ ਨਹੀਂ ਹੈ। ਜਦੋਂ ਮਨ ਇਕਾਗਰ ਹੋ ਗਿਆ ਤੇ ਫਿਰ ਪਰਮੇਸ਼ਰ ਦੀ ਜੋਤ ਵੀ ਦਿਸ ਪੈਂਦੀ ਹੈ ਦਿਸੇਗੀ ਤਾਂ ਜੇ ਮਨ ਇਕਾਗਰ ਹੋਵੇਗਾ। ਇਕਾਗਰ ਕਦੋਂ ਹੋਵੇਗਾ ਜਦੋਂ ਨਾਮ ਜਪਾਂਗੇ ਜਦੋਂ ਯਤਨ ਕਰਾਂਗੇ ਕੁੱਟ ਕੁੱਟ ਮਨ ਕਸਵੱਟੀ ਲਾਵੇ ਮਨ ਨੂੰ ਦੂਜੇ ਪਾਸਿਓਂ ਮੋੜਾਂਗੇ ਤੇ ਨਾਮ ਜਪਣ ਵੱਲ ਭਗਤੀ ਕਰਨ ਵੱਲ ਜਦੋਂ ਪ੍ਰੇਰਾਂਗੇ ਤਾਂ ਕਿਤੇ ਮਨ ਜਾ ਕੇ ਇਕਾਗਰ ਹੋਵੇਗਾ ਉਹ ਵੀ ਸਤਿਗੁਰਾਂ ਦੀ ਕਿਰਪਾ ਨਾਲ। ਆਪਣੇ ਬਲ ਨਾਲ ਮਨ ਇਕਾਗਰ ਨਹੀਂ ਹੋ ਸਕਦਾ
ਜਿਵੇਂ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਆਗਰੇ ਗਏ ਸੀ, ਉਹ ਕਹਿੰਦਾ ਸੀ ਨਾ ਕਾਜੀ, ਕਹਿੰਦਾ ਮਹਾਰਾਜ ਅਰਦਾਸ ਕਰਨ ਦੀ ਕੀ ਲੋੜ ਹੈ, ਜੇ ਮਨ ਟਿਕਿਆ ਹੋਵੇ ਫਿਰ ਵੀ ਅਰਦਾਸ ਕਰਨ ਦੀ ਕੀ ਲੋੜ ਹੈ। ਤੇ ਮਹਾਰਾਜ ਕਹਿੰਦੇ ਕਾਜੀ ਸਾਹਿਬ ਮਨ ਟਿਕਾ ਕੇ ਦਿਖਾਓ, ਤੇ ਮਨ ਟਿਕਾ ਨਹੀਂ ਸਕਿਆ। ਫਿਰ ਇਸ ਕਰਕੇ ਬੇਨਤੀਆਂ ਕਰਦੇ ਰਹਿਣਾ ਕਿ ਸੱਚੇ ਪਾਤਸ਼ਾਹ ਜੀ, ਇਹ ਮਨ ਮੇਰੇ ਵੱਸ ਵਿੱਚ ਨਹੀਂ ਹੈ, ਕਿਰਪਾ ਕਰਕੇ ਇਹਨੂੰ ਆਪਣੇ ਵੱਸ ਵਿੱਚ ਕਰ ਲਓ। ਇਹ ਮਨ ਕਿਤੇ ਭਗਤੀ ਵਾਲੇ ਪਾਸੇ ਲੱਗ ਜੇ, ਕਿਤੇ ਸੰਕਲਪ ਵਿਕਲਪਾਂ ਨੂੰ ਛੱਡ ਕੇ, ਹੋਰ ਫੁਰਨਿਆਂ ਨੂੰ ਛੱਡ ਕੇ, ਵਿਸ਼ੇ ਵਿਕਾਰਾਂ ਦੇ ਫੁਰਨਿਆਂ ਨੂੰ ਛੱਡ ਕੇ ਤੇ ਮੇਰ ਤੇਰ ਨੂੰ ਛੱਡ ਕੇ ਕਿਤੇ ਆਪ ਜੀ ਦੇ ਚਰਨਾਂ ਨਾਲ ਜੁੜ ਜਾਓ। ਜਿਨ੍ਹਾਂ ਨੇ ਮਨ ਇਕਾਗਰ ਕੀਤਾ ਹੈ ਤੇ ਉਹਨਾਂ ਦੀ ਅਵਸਥਾ ਹੈ ਜਿਨ੍ਹਾਂ ਦੇ ਮਨ ਤੇ ਤਨ ਵਿੱਚ ਉਹ ਅਕਾਲ ਪੁਰਖ ਪਰਮੇਸ਼ਰ ਵਸਿਆ ਹੋਇਆ ਹੈ। ਹੈ ਤਾਂ ਪਰਮੇਸ਼ਰ ਸਾਰਿਆਂ ਦੇ ਅੰਦਰ, ਤੂੰ ਹਿਰਦੈ ਗੁਪਤ ਬਸਹਿ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗਵਾਰੀ। ਪਰ ਜਿਵੇਂ ਜਿਹੜਾ ਚੰਦਰਮਾ ਹੁੰਦਾ ਤਾਂ ਆਕਾਸ਼ ਵਿੱਚ ਹੀ ਹੈ, ਪਰ ਜਦੋਂ ਮੱਸਿਆ ਦੀ ਰਾਤ ਹੁੰਦੀ ਹੈ ਉਦੋਂ ਦਿਂਦਾ ਨਹੀਂ ਹੈ, ਦਿਸਦਾ ਨਹੀਂ ਹੈ। ਇਸੇ ਤਰ੍ਹਾਂ ਜਿਨ੍ਹਾਂ ਦੇ ਮਨਾਂ ਵਿੱਚ ਵਿਦਿਆ ਰੂਪੀ ਰਾਤ ਹੈ, ਵਰਣ ਰੂਪੀ ਪਰਦਾ ਜਿਨ੍ਹਾਂ ਦੇ ਪਿਆ ਹੋਇਆ ਹੈ, ਉਹਨਾਂ ਨੂੰ ਅੰਦਰ ਪਰਮੇਸ਼ਰ ਦਿਸਦਾ ਨਹੀਂ ਹੈ, ਉਹ ਪਰਮੇਸ਼ਰ ਦੀ ਜੋਤ ਮਹਿਸੂਸ ਨਹੀਂ ਹੁੰਦੀ। ਤੇ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਗਿਆ, ਜਿਨ੍ਹਾਂ ਦਾ ਮਨ ਇਕਾਗਰ ਹੈ, ਤੇ ਜਿਨ੍ਹਾਂ ਨੇ ਜਾਣ ਲਿਆ ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜਿਨ੍ਹਾਂ ਨੇ ਇਹ ਗੱਲ ਜਾਣ ਲਈ, ਜਿਹੜੇ ਕਹਿੰਦੇ ਨੇ ਜਹ ਜਹ ਪੇਖੋ ਤਹਿ ਹਜ਼ੂਰ, ਦੂਰ ਕਤਹੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਉਹ ਜਿਹੜੇ ਹਰ ਵਕਤ ਅੰਗ ਸੰਗ ਪਰਮੇਸ਼ਰ ਨੂੰ ਜਾਣਦੇ ਨੇ, ਉਹਨਾਂ ਦੇ ਮਨ ਵਿੱਚ ਵੀ ਤੇ ਤਨ ਵਿੱਚ ਵੀ ਉਹ ਅਕਾਲ ਪੁਰਖ ਪਰਮੇਸ਼ਰ ਉਹ ਵੱਸ ਜਾਂਦਾ ਹੈ, ਉਹਦਾ ਨਾਮ ਵੱਸ ਜਾਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ, ਉਹਨਾਂ ਦਾ ਰੋਮ ਰੋਮ ਫਿਰ ਸਿਮਰਨ ਕਰਦਾ ਹੈ, ਨਾਮ ਨੂੰ ਧਿਆਉਂਦਾ ਹੈ। ਹੁਣ ਦੇਖੋ ਸਤਿਗੁਰਾਂ ਨੇ ਮਨ ਤੇ ਤਨ ਦੋਨਾਂ ਦੀ ਗੱਲ ਕੀਤੀ ਹੈ, ਇੱਥੇ ਇਕੱਲੇ ਤਨ ਦੀ ਗੱਲ ਨਹੀਂ ਕੀਤੀ, ਕਿਉਂਕਿ ਫਿਰ ਸ਼ੰਕਾ ਖੜੀ ਹੋ ਜਾਣੀ ਸੀ ਕਿ ਇੱਥੇ ਤਾਂ ਇਕੱਲੇ ਤਨ ਦੀ ਗੱਲ ਕੀਤੀ ਹੈ। ਦੇਖੋ ਮਨ ਤੇ ਤਨ ਦੋਨਾਂ ਦੀ ਗੱਲ ਸਤਿਗੁਰਾਂ ਨੇ ਇੱਥੇ ਕੀਤੀ ਹੈ, ਨਹੀਂ ਤਾਂ ਕਈ ਐਸੇ ਵੀ ਹੁੰਦੇ ਨੇ, ਉਹ ਭਿੱਖ ਦਿਖਾਏ ਜਗਤ ਕਹੋ ਲੋਗਨ ਕੋ ਬਸ ਕੀਨ, ਤੇ ਲੋਕਾਂ ਨੂੰ ਵੱਸ ਕਰਨ ਵਿੱਚ ਕਈ ਲੱਗੇ ਹੁੰਦੇ ਨੇ, ਤੇ ਹੱਥ ਵਿੱਚ ਮਾਲਾ ਫੜ ਲੈਣੀ, ਬਸ ਮੂੰਹ ਜਾ ਹਿਲਾ ਕੇ ਲੋਕਾਂ ਨੂੰ ਵਿਖਾਈ ਜਾਣਾ, ਪਰ ਅੰਦਰ ਪ੍ਰੇਮ ਨਹੀਂ ਹੋਣਾ। ਕਈ ਐਸੇ ਵੀ ਨੇ, ਤਨ ਕਰਕੇ ਤਾਂ ਦਿਖਾਈ ਜਾਂਦੇ ਨੇ ਕਿ ਅਸੀਂ ਸਿਮਰਨ ਕਰਦੇ ਹਾਂ, ਤੇ ਮੂੰਹ ਜਾ ਥੋੜਾ ਜਿਹਾ ਹਿਲਾ ਕੇ ਵਿਖਾ ਦੇਣਾ, ਪਰ ਅੰਦਰ ਪ੍ਰੇਮ ਨਹੀਂ ਹੁੰਦਾ, ਅੰਦਰ ਸ਼ਰਧਾ ਨਹੀਂ ਹੁੰਦੀ। ਤੇ ਅੰਦਰ ਹੁੰਦਾ ਕੀ ਹੈ ਕਿ ਲੋਕ ਵੇਖ ਕੇ ਮੇਰੀ ਵਡਿਆਈ ਕਰਨ, ਮੇਰੀ ਸ਼ੋਭਾ ਕਰਨ, ਕਿ ਤਾਂ ਘੱਟ ਬੋਲਦਾ ਜੀ, ਹਰ ਮੇਰੇ ਸਿਮਰਨ ਹੀ ਕਰੀ ਜਾਂਦਾ ਹੈ। ਪਰ ਉਹਦੇ ਘੱਟ ਘੱਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਪਰਮੇਸ਼ਰ ਦਾ ਜਾਣਦਾ ਹੀ ਹੈ ਨਾ। ਇਸ ਕਰਕੇ ਇਕਾਗਰ ਚਿੱਤ ਵਾਲਿਆਂ ਦੀ ਇੱਥੇ ਨਿਮਰਤਾ ਭਾਵ ਜਿਨ੍ਹਾਂ ਦੇ ਵਿੱਚ ਹੈ, ਉਹਨਾਂ ਦੀ ਗੱਲ ਸਤਿਗੁਰੂ ਜੀ ਕਰਦੇ ਨੇ, ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਮਨ ਤੇ ਤਨ ਵਿੱਚ ਉਹ ਅਕਾਲ ਪੁਰਖ ਪਰਮੇਸ਼ਰ ਵੱਸ ਗਿਆ, ਉਹਦਾ ਨਾਮ ਵੱਸ ਗਿਆ। ਤੇ ਸਭ ਤੋਂ ਪਹਿਲੇ ਨਾਮ ਹੁਣ ਅੰਦਰ ਵਸੇਗਾ ਕਿਵੇਂ, ਇਹ ਵੀ ਸਵਾਲ ਖੜਾ ਹੁੰਦਾ ਹੈ। ਜੇ ਅਭਿਆਸ ਕਰਾਂਗੇ, ਸਿਮਰਨ ਕਰਾਂਗੇ, ਤਾਂ ਹੀ ਵਸੇਗਾ ਨਾ ਨਾਮ। ਪਹਿਲੇ ਬੈਖਰੀ ਦੁਆਰਾ, ਜਿਵੇਂ ਰਸਨਾ ਬੋਲਦੀ ਹੈ, ਕੰਨਾਂ ਤੱਕ ਆਵਾਜ਼ ਸੁਣਾਈ ਦਿੰਦੀ ਹੈ, ਤੇ ਪਹਿਲੇ ਉਹ ਅਭਿਆਸ ਪਕਾਉਣਾ, ਉਹਦੇ ਦੁਆਰਾ ਜਾਂ ਵਾਹਿਗੁਰੂ ਵਾਹਿਗੁਰੂ ਜਾਪ ਕਰਨਾ, ਸਿਮਰਨ ਕਰਨਾ, ਤੇ ਧਿਆਨ ਉਸ ਅਕਾਲ ਪੁਰਖ ਪਰਮੇਸ਼ਰ ਵਿੱਚ ਰੱਖਣਾ, ਜਾਂ ਵਾਹਿਗੁਰੂ ਜਿਹੜੇ ਚਾਰ ਅੱਖਰ ਲਿਖੇ ਨੇ ਇਹਨਾਂ ਵਿੱਚ ਧਿਆਨ ਰੱਖਣਾ, ਤੇ ਨਾਲ ਭੈ ਹੋਵੇ, ਤੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਸਮਝਣਾ, ਤੇ ਸਰੀਰ ਦੀ ਸਵੱਛਤਾ ਹੀ ਹੋਵੇ, ਤੇ ਇਸ ਤਰ੍ਹਾਂ ਜੋ ਹੈ ਆਪਣੇ ਸਰੀਰ ਨੂੰ ਵੀ ਠੀਕ ਰੱਖਣਾ, ਸਰੀਰ ਵੀ ਪਵਿੱਤਰ ਹੋਵੇ, ਅਪਵਿੱਤਰ ਨਾ ਹੋਵੇ, ਤੇ ਐਨ ਚੰਗੀ ਤਰ੍ਹਾਂ ਤੇ ਮਨ ਨੂੰ ਇਕਾਗਰ ਕਰਕੇ, ਤੇ ਹੋਰਾਂ ਜਿਹੜੇ ਫੁਰਨਿਆਂ ਤੋਂ ਹਟਾ ਕੇ ਇਹਨੂੰ ਫਿਰ ਸਿਮਰਨ ਕਰਨ ਬੈਠਣਾ। ਜਦੋਂ ਬੈਖਰੀ ਦੁਆਰਾ ਅਭਿਆਸ ਪੱਕ ਗਿਆ ਨਾ, ਤੇ ਉਸ ਤੋਂ ਬਾਅਦ ਮੱਧਮਾ ਫਿਰ ਕੰਠ ਵਿੱਚ ਜਾਪ ਜਾਂਦਾ ਹੈ, ਤੇ ਕੰਠ ਵਿੱਚ ਜਿਵੇਂ ਨਬਜ ਹਿਲਦੀ ਹੁੰਦੀ ਹੈ ਨਾ, ਇਸ ਤਰ੍ਹਾਂ ਉੱਥੇ ਜਾਪ ਇਸ ਤਰ੍ਹਾਂ ਹੁੰਦਾ ਹੈ, ਬੜੀ ਤੇਜ਼ੀ ਨਾਲ ਹੁੰਦਾ ਹੈ, ਤੇ ਉੱਥੇ ਨਾ ਤਾਂ ਫਿਰ ਬੁੱਲ ਹਿਲਾਉਣ ਦੀ ਲੋੜ ਪੈਂਦੀ ਹੈ, ਨਾ ਜੀਭ ਹਿਲਾਉਣ ਦੀ ਉੱਥੇ ਲੋੜ ਪੈਂਦੀ ਹੈ। ਫਿਰ ਐਸੀ ਅਵਸਥਾ ਬਣ ਜਾਂਦੀ ਹੈ, ਤੇ ਸਿਮਰਨ ਕੰਠ ਵਿੱਚ ਚੱਲੀ ਜਾਂਦਾ ਹੈ, ਤੇ ਹੋਰ ਵੀ ਜਿਹੜੇ
जिथे कोई आवाज भी आ रही होवे ना, भावे कोई पखा चलदा होवे, पानी दी आवाज होवे, गड्डी दे टायरां दी इंजन दी आवाज होवे, ता उहना गुरमुख प्यारिया नूं जिन्हां दी सुरत जुड़ी हुई है, लिव जुड़ी हुई है, उहना नूं तत्तां विचों भी आवाज आउंदी रहिंदी है। धरत पाताल आकाश है मेरी जिंदड़ी ए, सब हर हर नाम ते आवे राम। उहना नूं तत्तां विचों भी आवाज आउंदी रहिंदी है, ते कंठ तो बाद हिरदे विच जाप जांदा है, ते हिरदे तो बाद परा बाणी नाभि च जाप जांदा है, उस तो बाद सारे रोमा रोमा विच जाप जांदा है, गुरमुख रोम रोम हरदे आवे। ऐसी अवस्था ते पहुंचना बड़ा औखा है। श्रीमान संत ज्ञानी मोहन सिंह जी महापुरख, उहना दे बचन संत ज्ञानी कपूर सिंह जी महापुरखां ने दास नूं सुणाए कि महापुरखां ने बचन किए सी, कहिंदे जिन्हां दा 5 मिंट भी किते रोम रोम जाप चल पवे ना, उहना दे अगले पिछले जिहड़े सारे पाप ने उह नाश हो जांदे ने। किड्डा देखो महात्म है, ते उहना फिर गुरमुख प्यारिआं दी अवस्था किड्डी उच्ची होवेगी जिन्हां दे रोम रोम जाप चलदा है। हुण पैर दे गुठे तो लैके सिर दी चोटी तक हुण देख लो किन्ने रोम ने, गिणती नहीं कर सकदे आपां, ते सारे रोमां विचों उहनां नूं वाहिगुरू वाहिगुरू सुणाई दिंदा है, उहनां नूं सिमरन सुणाई दिंदा है, ते ऐसी अवस्था उहनां दी बण जांदी है। जिवें परसों दी गल है, एक गुरमुख प्यारा नाभे तों है, ते शायद जगतार सिंह उहनां दा नाम है, ते उह संगी रहे ने बाबा दीदार सिंह जी दे। बाबा दीदार सिंह जी संत सुंदर सिंह जी महापुरखां नाल रहे ने, जथे विच रहे ने उहनां दे वेले, ते उहनां ने गल सुणाई सी, कहिंदे लायलपुर पाकिस्तान विच जो है संत सुंदर सिंह जी महापुरख उत्थे कथा करन जाया करदे सन, ते कथा करन तो बाद महापुरखां ने ते उत्थे एकांत थां ते बैठ जाना, भगती करन वास्ते, सिमरन करन वास्ते, किसे नाल कोई वचन विलास नहीं करना। ते जदों 4-5 साल बाद फिर गए ते संगतां नाल वचन विलास भी कीते कथा तो बाद, ते किसे ने जिवें कई किंतु करन वाले हुंदे ने, ते उहनां ने किसे ने पुछ लिया कि महापुरखो जदों दा तुसीं पहले आए सी ते तुसीं कथा करनी, ते कथा करके तुसीं सिमरन करन लग जांदे सन गुफा च बह के जां भोरे च बह के कह लो, ते जदों हुण तुसीं आए ते वचन विलास तुसीं करदे हो, तुसीं सिमरन करना छड्ड दित्ता। इह गल जदों कही ते महापुरखां ने फिर अगों जवाब दित्ता, कदे हुण जिहदा सिमरन असीं करदे सी ना, हुण उह साडा सिमरन करदा। देखो किड्डी डुंघाई दी गल है, कहिंदे जिहदा सिमरन असीं करदे सी हुण साडा करदा है, क्योंकि उह सिमरन करदे करदे उहदे विच भेद हो गए ना। जदों जपजी साहिब दी कथा सुणीए, अंत ना सिफती कहण ना अंत, अंत ना करना है देण ना अंत, हुण उहदी सिफतां दा कोई अंत नहीं है, परमेशर दे जस दा कोई अंत नहीं है, जे कोई अंत पाउणा वी चाहे ते सिमरन करदा करदा जस गाउंदा गाउंदा उहदा ही रूप हो जांदा है। जदों इक रूप हो गए फिर अंत कीता पाउणा, फिर भेद कीता पाउणा। इस करके उह ऐसी उहनां दी अवस्था सी, ते जदों बाबा दीदार सिंह जी आए सी संत सुंदर सिंह जी कोल, ते महापुरखां ने पुछिआ, भाई किस वास्ते आए हो? कहिंदे जी मैं साध बनन आया। महापुरखां ने कहा, भाई चंगा पाठी बना दिंदे हां ते बनावांगे भी ऐसा, ते उच्च कोटि दा कोई होर दूजा नहीं हो सकदा। कहिंदे ना जी महापुरखो, मैं तां साध बनन आया। इह सारे वचन उह बाबा जगतार सिंह जी ने ਇਹ ਪਰਸੋਂ ਚੌਥੇ ਸੁਣਾਏ ਸੀ ਦਾਸ ਨੂੰ, ਜੋ ਬਾਬਾ ਦੀਦਾਰ ਸਿੰਘ ਜੀ ਸੰਗੀ ਰਹੇ। ਤੇ ਦੂਜਾ ਵਚਨ ਕੀਤਾ, ਕਹਿੰਦੇ ਰਾਗ ਵਿਦਿਆ ਸਿਖਾ ਦਿੰਦੇ ਆ, ਤੇ ਰਾਗ ਵਿਦਿਆ ਵੀ ਐਸੀ ਕੋਈ ਦੂਜਾ ਰਾਗ ਹੀ ਨਹੀਂ ਬਰਾਬਰ ਦਾ ਹੋ ਸਕਦਾ। ਕਹਿੰਦੇ ਨਾ ਮਹਾਂਪੁਰਖੋ, ਮੈਂ ਤਾਂ ਸਾਧ ਬਣਨ ਆਇਆ। ਤੇ ਮਹਾਂਪੁਰਖਾਂ ਨੇ ਖੁਸ਼ ਹੋ ਕੇ ਗਲਵੱਕੜੀ 'ਚ ਲੈ ਲਿਆ, ਤੇ ਗਲਵੱਕੜੀ 'ਚ ਜਦੋਂ ਲਿਆ ਤੇ ਉਹਨਾਂ ਦੇ ਸਿਰ 'ਤੇ ਮਹਾਂਪੁਰਖਾਂ ਨੇ ਜਦੋਂ ਹੱਥ ਰੱਖ ਦਿੱਤਾ, ऐसा हाथ रखिया अकाल पुरख परमेश्वर दे उन्हां नूं दर्शन करवा दिते, ऐसी कृपा कीती। ते जदों बाबा दीदार सिंह जी वो थोड़ा डिगन लगे सी पिछे नूं, ते महापुरखां ने उन्हां नूं सांभ के इस तरह लटा दिता,
ते सात अठ घंटे उस आनंद लेटे रहे। सिंघां नूं कह दिता महापुरखां ने, संत सुंदर सिंह जी ने, कहिंदे इन्हां नूं हुण कोई उठायो ना, कोई छेड़ियो ना, कोई आवाज ना दिओ, इस तरह आनंद विच पिया रहण दिओ। ते जदों उठे उस वक्त संत सुंदर सिंह जी ने उन्हां नूं बचन किते, कहिंदे वेखो जिहड़ी साडी अवस्था सी उह तैनूं हुण दिखा दित्ती, ਇਹ ਅਵਸਥਾ ਤੇ ਹੁਣ ਤੁਸੀਂ ਆਪ ਕਮਾਈ ਕਰਕੇ ਪਹੁੰਚਣਾ ਹੈ। ਐਸੀ ਅਵਸਥਾ ਨੂੰ ਉਹੀ ਦਿਖਾ ਸਕਦੇ ਨੇ, ਉਹਨਾਂ ਦੀ ਅਵਸਥਾ ਹੋ ਸਕਦੀ ਹੈ ਜਿਨ੍ਹਾਂ ਦੇ ਹਰ ਮਨ ਤਨ ਵਸਿਆ ਸੋਈ, ਜਿਨ੍ਹਾਂ ਦੇ ਮਨ ਵਿੱਚ ਵੀ ਤਨ ਵਿੱਚ ਵੀ ਅਕਾਲ ਪੁਰਖ ਪਰਮੇਸ਼ਰ ਉਹ ਵਸਿਆ ਹੋਇਆ ਹੈ, ਉਹ ਫਿਰ ਗੁਰਮੁਖ ਪਿਆਰੇ ਉਹਦਾ ਹੀ ਰੂਪ ਹੋ ਜਾਂਦੇ ਨੇ। ਜੈ ਜੈਕਾਰ ਕਰੇ ਸਭ ਕੋਈ, ਫਿਰ ਉਹਨਾਂ ਦੀ ਸਾਰੇ ਜੈ ਜੈਕਾਰ ਸਾਰਾ ਸੰਸਾਰ ਕਰਦਾ ਹੈ, ਸਾਰੇ ਉਹਨਾਂ ਦੀ ਵਡਿਆਈ ਕਰਦੇ ਨੇ। ਤੇ ਭਾਈ ਵੀਰ ਸਿੰਘ ਜੀ ਨੇ ਜੋ ਜੈਕਾਰ ਦਾ ਅਰਥ ਇਹ ਵੀ ਲਿਖਿਆ ਹੈ ਨਮਸਕਾਰ, ਕਿ ਸਾਰੇ ਉਹਨਾਂ ਨੂੰ ਨਮਸਕਾਰ ਕਰਦੇ ਨੇ ਤੇ ਉਹਨਾਂ ਦੀ ਸਿਫਤ ਸਲਾਹ ਵਡਿਆਈ ਕਰਦੇ ਹਨ। ਗੁਰ ਪੂਰੇ ਕੀ ਵਡਿਆਈ, ਹਾਂ ਇਹ ਪੂਰਨ ਸਤਿਗੁਰਾਂ ਦੀ ਵਡਿਆਈ ਹੈ ਤੇ ਕਿਸੇ ਅਧੂਰੇ ਗੁਰੂ ਦੀ ਨਹੀਂ ਹੈ, ਇਹ ਪੂਰਨ ਸਤਿਗੁਰਾਂ ਦੀ ਹੀ ਵਡਿਆਈ ਹੈ। ਉਹੀ ਐਸੀ ਬਖਸ਼ਿਸ਼, ਉਹ ਐਸੀ ਰਹਿਮਤ ਉਹ ਸਤਿਗੁਰੂ ਜੀ ਕਰਨ ਵਾਲੇ ਨੇ। ਤੇ ਜਿਵੇਂ ਅਧਿਆਤਮ ਰਮਾਇਣ ਦੇ ਵਿੱਚ ਉਹ ਤਿੰਨ ਪ੍ਰਕਾਰ ਦੇ ਗੁਰੂ ਲਿਖੇ ਨੇ, ਤੇ ਇੱਕ ਗੁਰੂ ਤਾਂ ਪੰਡਿਤ ਗੁਰੂ ਜਿਹੜਾ ਹੁੰਦਾ ਹੈ ਤੇ ਵੇਦਾਂ ਸ਼ਾਸਤਰਾਂ ਦਾ ਉਹਨੂੰ ਗਿਆਨ ਹੁੰਦਾ ਹੈ, ਪੜ੍ਹਿਆ ਲਿਖਿਆ ਹੁੰਦਾ ਹੈ, ਤੇ ਸੇਵਕ ਦੀ ਸ਼ੰਕਾ ਦਾ ਨਿਵਰਤ ਕਰ ਸਕਦਾ ਹੈ, ਪਰ ਉਹਦੀ ਕਮਾਈ ਨਹੀਂ ਹੁੰਦੀ, ਤੇ ਕਮਾਈ ਕਰਕੇ ਫਿਰ ਕਲਿਆਣ ਨਹੀਂ ਹੋ ਸਕਦੀ ਨਾ ਕਰਵਾ ਸਕਦਾ ਹੈ। ਤੇ ਇੱਕ ਐਸੇ ਨੇ ਅਵਧੂਤ ਗੁਰੂ, ਉਹ ਪੜ੍ਹੇ ਲਿਖੇ ਤਾਂ ਹੁੰਦੇ ਨਹੀਂ ਪਰ ਕਮਾਈ ਹੁੰਦੀ ਹੈ, ਤੇ ਸ਼ਰਧਾ ਰੱਖ ਕੇ ਜੇ ਉਹਨਾਂ ਦਾ ਕੋਈ ਬਚਨ ਮੰਨ ਲ ਜਾਵੇ ਤਾਂ ਤਰ ਜਾਂਦਾ ਹੈ, ਪਰ ਉਹ ਪੜ੍ਹੇ ਲਿਖੇ ਨਾ ਹੋਣ ਕਰਕੇ ਕਿਸੇ ਦੀ ਸ਼ੰਕਾ ਨਿਵਰਤ ਨਹੀਂ ਕਰ ਸਕਦੇ। ਇੱਕ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਗੁਰੂ, ਜਿਨ੍ਹਾਂ ਨੂੰ ਬ੍ਰਹਮ ਤੇ ਨਿਸ਼ਚਾ ਹੋਵੇ, ਬ੍ਰਹਮ ਨੂੰ ਸੁਣਿਆ ਹੋਵੇ, ਤੇ ਸਾਰਿਆਂ ਨਾਲੋਂ ਵੱਡੇ ਗੁਰੂ ਕੌਣ ਨੇ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਗੁਰ ਸ਼ਬਦ ਜੋ ਗਿਰ ਧਾਤੂ ਤੋਂ ਬਣਿਆ ਹੈ ਤੇ ਜਿਹਦੇ ਕਈ ਅਰਥ ਨਿਕਲਦੇ ਨੇ, ਨਿਕਲ ਜਾਣਾ, ਵੱਡਾ, ਹੁਣ ਸਤਿਗੁਰੂ ਜੀ ਸਿੱਖ ਦੇ ਅਗਿਆਨ ਨੂੰ ਨਿਕਲ ਜਾਣ ਵਾਲੇ ਨੇ, ਗਿਆਨ ਦੀ ਬਖਸ਼ਿਸ਼ ਕਰਕੇ ਅਗਿਆਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਖਤਮ ਕਰ ਦਿੰਦੇ ਨੇ। ਤੇ ਐਸੇ ਵੱਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਿਵ ਸੰਗਤਾਂ ਦੇ ਵਿੱਚ ਅਰਥ ਲਿਖਿਆ ਹੈ, ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰ, ਜੋ ਆਨੰਦ ਸਰੂਪ ਹੈ, ਜੋ ਚੇਤਨ ਸਰੂਪ ਹੈ, ਐਸੇ ਸਤਿਗੁਰਾਂ ਦੀ ਜਿਹੜੀ ਵਡਿਆਈ ਹੈ ਤਾਂ ਕੀ ਕੀਮਤ ਕਹੀ ਨਾ ਜਾਈ, ਐਸੇ ਸਤਿਗੁਰਾਂ ਦੀ ਜਿਹੜੀ ਵਡਿਆਈ ਹੈ ਉਹਦੀ ਕੀਮਤ ਕਹੀ ਨਹੀਂ ਜਾ ਸਕਦੀ, ਤੇ ਸਤਿਗੁਰਾਂ ਦੇ ਜਿਹੜੇ ਨਾਮ ਦੀ ਕੀਮਤ ਹੈ ਉਹ ਵੀ ਕਹੀ ਨਹੀਂ ਜਾ ਸਕਦੀ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਟ ਢੋਲ, ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ, ਸਾਈ ਨਾਮ ਅਮੋਲ ਕੀ ਮਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਮਾਨ ਦੋ। ਨਾ ਤਾਂ ਨਾਮ ਦੀ ਕੀਮਤ ਕਹੀ ਜਾ ਸਕਦੀ ਹੈ ਤੇ ਨਾ ਹੀ ਸਤਿਗੁਰਾਂ ਦੀ ਕੀਮਤ ਕਹੀ ਜਾ ਸਕਦੀ ਹੈ, ਤੇ ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ ਉਹਨਾਂ ਗੁਰਮੁਖ ਪਿਆਰਿਆਂ ਦੀ ਕੀਮਤ ਵੀ ਕਹੀ ਨਹੀਂ ਜਾ ਸਕਦੀ, ਉਹਨਾਂ ਦੇ ਬਾਰੇ ਕਿਹਾ ਨਹੀਂ ਜਾ ਸਕਦਾ। ਹੋ ਕੁਰਬਾਨ ਜਾਈ ਤੇਰੇ ਨਾਮ, ਇਹ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਨਾਮ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਜਿੱਥੇ ਬੁੱਧੀ ਦੀ ਸਮਝ ਖਤਮ ਹੋ ਜਾਵੇ ਤੇ ਗੁਣਾਂ ਬਾਰੇ ਸਿਫਤ ਸਲਾਹ ਹੋਰ ਅੱਗੇ ਨਾ ਕਰ ਸਕੀਏ ਤੇ ਅੱਗੇ ਨਾ ਕੁਝ ਸੁੱਝੇ, ਤੇ ਉੱਥੇ ਜਾ ਕੇ ਸਭ ਕੁਝ ਆਪਣਾ ਬਲ ਹਾਰ ਦੇਣਾ, ਜਿਹਨੂੰ ਕਹਿੰਦੇ ਨੇ ਬਲਿਹਾਰ ਜਾਣਾ, ਆਪਣਾ ਬਲ ਹਾਰ ਦੇਣਾ, ਰਿੱਧੀਆਂ ਸਿੱਧੀਆਂ ਦਾ ਬਲ, ਤ੍ਰਾਟਕ ਸਾਧਨਾ ਦਾ ਬਲ, ਜਿਸਮਾਨੀ ਬਲ, ਰੂਹਾਨੀ ਬਲ, ਤੇ ਇਸ ਤਰ੍ਹਾਂ ਬੁੱਧੀ ਦਾ ਬਲ, ਵਿਦਿਆ ਦਾ ਬਲ, ਤੇ ਸਾਰੇ ਬਲ ਹਾਰ ਦੇਣੇ, ਭਾਵ ਕਿ ਨਿਮਰਤਾ ਧਾਰਨ ਕਰਨੀ। ਇਸ ਤਰ੍ਹਾਂ ਨਹੀਂ ਕਿ ਸਤਿਗੁਰਾਂ ਕੋਲ ਆ ਕੇ ਆਪਣਾ ਹੀ ਗਿਆਨ ਝਾੜੀ ਜਾਣਾ, ਆਪਣੇ ਆਪ ਨੂੰ ਵੱਡੇ ਕਹਾਈ ਜਾਣਾ, ਨਾ ਨਿਮਰਤਾ ਧਾਰਨ ਕਰਨੀ।
सारा कुछ हार के हे सच्चे पातशाह जी मैं आप जी तो कुर्बान बलिहार जांदा हां। जिस नो बख्श लह मेरे प्यारे सच्चे पातशाह जी जिन्हां ते तुसी कृपा करदे हो जिन्हां ते कृपा करके उन्हां दे ओगणां नूं तुसी बख्श दिंदे हो ते अपने नाल मेल लैंदे हो प्यारे जी। सो जस तेरा गावै हां ओही आप जी दे जस नूं गा सकदा है। आप जपाए जपै सो नाओ आप गावाए सो हर गुण गाओ। जिन्हां दे सतगुरु सच्चे पातशाह जी कृपा करदे ने बख्शिश करदे ने जिसनों तू जाणाए हे सोई जन जाणै हर गुण सद ही आख वखाणै ओही परमेश्वर दे जस नूं गुणा नूं गा सकदा है। रहाओ विश्राम दे के फरमाउंदे हन भारो स्वामी मेरा हे सच्चे पातशाह जी स्वामी माया दे अधोपति परमेश्वर जी तुसी साडे वड्डे मालक हो स्वामी परमेश्वर हो। संतां परवासा तेरा ते संत कौन ने संत चितात्मा संत अनंत है अंतर नाहीं ते शांत किवें शांत चितात्मा क्यों कहा जाता है संतां नूं क्योंकि मन विच शांति हुंदी है। हुण अपने मन विच शांति नहीं ना है ते कदे दा फुरना किधरे पासे नूं चला गया कदे किधरे पासे नूं चला गया। हुण मान लो कथा हो रही है ते कथा विच जे किसे थां दी किते गल हो जावे ना ते उत्थे फुरना चलिया जांदा है ते अग्गों अगे तो अगे फिर मन विच विचार उठ करदियां ने ए थां ते ए कुछ बनिया होया है इत्थे ए चीजां मिलदियां ने ए कुछ इत्थे वापरदा है। जे किते किसे दा नाम लै लिया ते उधर फिर फुरने चले जांदे ने फिर उहदा सारा जीवन जिन्ना आपां ने वेख्या हुंदा अखां सामने आ जांदा है। पर मन नूं संकोच के रखना मन विच शांति रखनी। हुण जे समुंदर दे विच लहरां उठदियां ने पाणी दे विच तरंगा उठदियां ने उहनूं आपां शांत दा नहीं कह सकदे। उह तां जे हुण तरंगा शांत ने कोई भी समुंदर विच उठ नहीं रही तां आपां शांत कहांगे। हुण मन दे विच वडियाई दा किते फुरना उठ गया विशे विकारां दा उठ गया किसी पदार्थ नूं प्राप्त करन दा उठ गया उहनूं शांत नहीं कह सकदे। पर जिन्हां दी शांति आई है ते विशिआं ते जिन्हां ने काबू पा लिया ते जिहड़ी वरण दीआं मैलां विद्या दी मैलां सारियां मेट करके ते जिन्हां ने नाम नूं जपिआ है ना सतगुरां दे चरणां दा जिन्हां ने आसरा लिया है ऐसे शांत चितात्मा जिन्हां दे निर्मल कर्म ने उन्हां दे मैल वाले कर्म नहीं है जिन्हां दे निर्मल कर्म ने ते जिन्हां ने गुरमुख साध असाध साध वखाणिया जिन्हां ने ना साधे जाण वाले मन नूं साध्या है ऐसे जिहड़े संत महापुरख ने जिन्हां सास ग्रासना विसरै हर नामा मन मंत धन से सही नानका पूर्ण सोई संत ऐसे जिहड़े महापुरख ने ते उन्हां महापुरखां तों ही पता लगदा है कि सारिआं दा जो आसरा रूप है अधिष्ठान रूप है वह अकाल पुरख परमेश्वर है ते ऐसे संतां नूं भी सच्चे पातशाह जी तेरा ही भरोसा जो आसरा है सारिआं नूं नानक प्रभ शरण आई। ते सच्चे पातशाह जी असीं आप जी दी शरण विच आए हां आप जी दी शरण तकी है ते संस्कृत दे ग्रंथां विच तकरीबन 5-6 निजम लिखे ने शरणागति दे कि जदों मालक दी शरण विच आना ते अपना हंकार छड के आना निम्रता धारण करनी जे रखिया होई भी होवे तां भी बार बार ये बेनतियां करनियां कि सच्चे पातशाह जी साडी रखिया करो बार बार बेनतियां करनियां ते सतगुरां दे अपने मालक ते भरोसा रखना कि रखिया करन वाले ने ते निम्रता जनाउणी कि मैं कुछ नहीं करन वाला जो कुछ करन वाले ने वह सतगुरु जी आप करन वाले ने। इस तरह इस सतगुरां दी शरण तकनी सतगुरां ते भरोसा रखना कि जमा तो छडाउण वाले सतगुरु सच्चे पातशाह जी ने ते सतगुरां दा नाम ऐसा है जिहड़ा जमा तो छडाउंदा है जिवें संत ज्ञानी गुरबचन सिंह जी महापुरख कथा च दसदे हुंदे ने एक पंजोखरा साहिब दा भाई जैमल सिंह होया ते मूल मंत्र दा जाप करदा हुंदा सी ते ओ परमेश्वर दी कृपा नाल
ਤੇ ਉਹਨੂੰ ਪਤਾ ਲੱਗ ਗਿਆ ਸੀ ਆਪਣੇ ਅੰਤਮ ਸਮੇਂ ਦਾ, ਜਦੋਂ ਸਰੀਰ ਢਿੱਲਾ ਹੋ ਗਿਆ, ਬਿਮਾਰ ਹੋ ਗਿਆ ਸੀ, ਤੇ ਉਹਨੂੰ ਪਤਾ ਲੱਗ ਗਿਆ ਕਿ ਹੁਣ ਕਿ ਰਹਿਣਾ ਨਹੀਂ, ਸਰੀਰ ਛੱਡ ਜਾਣਾ ਹੈ, ਤੇ ਮੂਲ ਮੰਤਰ ਦਾ ਜਾਪ ਕਰ ਰਿਹਾ, ਸ਼ੁਰੂ ਕਰ ਦਿੱਤਾ ਕਰਨਾ। ਤੇ ਜਦੋਂ ਆਏ ਨਾ ਜਮ ਲੈਣ ਵਾਸਤੇ, ਤੇ ਉਹ ਦੂਰ ਖੜੇ ਨੇ, ਤੇ ਜਿਹੜਾ ਗਾਂ ਹੋਇਆ ਸੀ ਲੈਣ ਵਾਸਤੇ ਉਹਨਾਂ ਨੂੰ, ਤੇ ਉੱਥੇ ਥੋੜੀ ਦੂਰ ਇੱਕ ਦੋ ਡਿੰਗ ਪੁੱਟ ਕੇ ਉਹ ਰੁਕ ਗਿਆ, ਤੇ ਦੂਜਾ ਨਾਲ ਦਾ ਕਹਿੰਦਾ ਕਦਾ ਅੱਗੇ ਕਿਉਂ ਨਹੀਂ ਜਾਂਦਾ, ਕਦਾ ਅੱਗੇ ਜਾ ਕੇ ਉਹਦਾ ਜਾਪ ਕਰਨ ਨੂੰ ਨਹੀਂ ਹਟਦਾ, ਸਿਮਰਨ ਕਰਨ ਨੂੰ ਨਹੀਂ ਹਟਦਾ, ਜੇ ਹਟੇਗਾ ਮੈਂ ਤਾਂ ਹੀ ਜਾਵਾਂਗਾ ਨਾ ਅੱਗੇ। ਇਸ ਤਰ੍ਹਾਂ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟਹਿ ਨਿਕਟ ਨਾ ਜਾਈ ਉਹ ਦੂਤ। ਜਮਦੂਤ ਉਹਨਾਂ ਦੇ ਨੇੜੇ ਨਹੀਂ ਜਾ ਸਕਦੇ ਜਿਹਨਾਂ ਨੇ ਸਤਿਗੁਰਾਂ ਦੀ ਸ਼ਰਨ ਤੱਕੀ ਹੈ, ਜਿਨ੍ਹਾਂ ਨੇ ਨਾਮ ਜਪਿਆ ਹੈ, ਜਿਨ੍ਹਾਂ ਨੇ ਬੰਦਗੀ ਕੀਤੀ ਹੈ। ਤਾਂ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਜੀ ਸਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਮੁਖ ਨਿੰਦਕ ਕਹਿ ਸ਼ਾਈ, ਜਿਹੜੇ ਨਾਮ ਨਹੀਂ ਜਪਦੇ ਬੰਦਗੀ ਨਹੀਂ ਕਰਦੇ, ਹਰ ਵੇਲੇ ਨਿੰਦਿਆ ਕਰੀ ਜਾਣੀ, ਹਰ ਵੇਲੇ ਚੁਗਲੀ ਕਰੀ ਜਾਣੀ, ਫਿਰ ਐਸਿਆਂ ਦੇ ਜਿਹੜੇ ਮੁੱਖ ਵਿੱਚ ਅੱਗੇ ਪਰਲੋਕ ਵਿੱਚ ਵੀ ਜਾ ਕੇ ਲਾਣਤਾ ਦੀ ਸਵਾਹ ਪੈਂਦੀ ਹੈ। ਇਸ ਤਰ੍ਹਾਂ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਦੇ ਪ੍ਰਤੱਖ ਮੂੰਹ ਵਿੱਚ ਸਵਾਹ ਪੈਂਦੀ ਹੈ। ਨਿੰਦਕ ਕਾ ਮੁਖ ਕਾਲਾ ਹੋਆ, ਦੀਨ ਦੁਨੀਆ ਕਹਿ ਦੁਆ। ਤੇ ਉਹਨਾਂ ਦੇ ਫਿਰ ਉਹਨਾਂ ਨੂੰ ਖੁਆਰ ਹੀ ਆਉਣਾ ਪੈਂਦਾ ਹੈ, ਸਵਾਹ ਹੋਣਾ ਪੈਂਦਾ ਹੈ। ਐਸੇ ਜਿਹੜੇ ਨਿੰਦਕ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਸਤਿਗੁਰਾਂ ਦੀ ਸ਼ਰਨ ਨਹੀਂ ਤੱਕੀ, ਜਿਹੜੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਨੇ, ਫਿਰ ਐਸਿਆਂ ਨੂੰ ਖੁਆਰੀ ਹੋਣਾ ਪੈਂਦਾ ਹੈ, ਤੇ ਨਰਕਾਂ ਵਿੱਚ ਵੀ ਉਹਨਾਂ ਨੂੰ ਢੋਈ ਨਹੀਂ ਮਿਲਦੀ। ਪਰ ਜਿਨ੍ਹਾਂ ਨੇ ਸ਼ਰਨ ਤੱਕੀ ਹੈ ਤੇ ਉਹਨਾਂ ਗੁਰਮੁਖ ਪਿਆਰਿਆਂ ਦੀ ਅਵਸਥਾ ਨੂੰ ਇਸ ਸ਼ਬਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਦੱਸ ਕੇ ਉਪਦੇਸ਼ ਦੀ ਬਖਸ਼ਿਸ਼ ਕਰਕੇ ਸਾਨੂੰ ਸਮਝਾਉਣਾ ਕੀਤਾ ਹੈ, ਆਪਾਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਜੀ ਕਿਤੇ ਆਪ ਜੀ ਦੇ ਚਰਨ ਸਾਡੇ ਹਿਰਦੇ ਵਿੱਚ ਵੀ ਵੱਸ ਜਾਵੇ, ਸਾਡੀ ਵੀ ਆਪ ਜੀ ਦੇ ਚਰਨਾਂ ਤੇ ਕਿਤੇ ਭਾਵਨਾ ਬਣ ਜਾਵੇ, ਅਸੀਂ ਵੀ ਅੰਮ੍ਰਿਤ ਛਕ ਕੇ ਰਹਿਤ ਬਹਿਤ ਰੱਖੀਏ, ਨਿਤਨੇਮੀ ਹੋਈਏ, ਗੁਰਬਾਣੀ ਪੜ੍ਹੀਏ, ਆਪ ਜੀ ਦਾ ਅਦਬ ਸਤਿਕਾਰ ਰੱਖੀਏ, ਇਹ ਸਤਿਗੁਰਾਂ ਦੇ ਚਰਨਾਂ ਵਿੱਚ ਜੋ ਅਰਦਾਸ ਬੇਨਤੀ ਕਰੀਏ। ਬਾਕੀ ਸਾਰੀ ਸੰਗਤ ਜਿੰਨੀ ਵੀ ਪਹੁੰਚੀ ਹੈ, ਹਾਜ਼ਰ ਹੋਈ ਹੈ, ਸਾਰੀ ਸੰਗਤ ਦਾ ਧੰਨਵਾਦ ਹੈ। ਗਿਆਨੀ ਭੁਪਿੰਦਰ ਸਿੰਘ ਜੀ ਉਹ ਵੀ ਮਹਾਂਪੁਰਖ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਤੇ ਸਭ ਤੋਂ ਵੱਡਾ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਹ ਸਤਿਗੁਰ ਤਹ ਸਤ ਸੰਗਤ ਬਣਾਈ। ਜੇ ਸਤਿਗੁਰੂ ਜੀ ਪ੍ਰਕਾਸ਼ਮਾਨ ਨੇ ਤਾਂ ਆਪਾਂ ਇਕੱਠੇ ਹੋ ਕੇ ਸੰਗਤ ਕਰ ਰਹੇ ਹਾਂ, ਜੇ ਸਤਿਗੁਰੂ ਜੀ ਪ੍ਰਕਾਸ਼ਮਾਨ ਨਾ ਹੋਣ ਤਾਂ ਕੋਈ ਫੋਨ ਕਰੇ ਤੋ ਸੱਦੇ ਤੋਂ ਵੀ ਨਹੀਂ ਕੋਈ ਆਉਂਦਾ। ਤੇ ਸਤਿਗੁਰੂ ਜੀ ਜਿੱਥੇ ਹੋਣ ਤੇ ਜਿੱਥੇ ਗੁਰਬਾਣੀ ਦਾ ਕੀਰਤਨ ਹੋਵੇ, ਜਿੱਥੇ ਪਰਮੇਸ਼ਰ ਦੇ ਗੁਣਾਂ ਦੀ ਜੋ ਗੱਲਬਾਤ ਹੋਵੇ, ਗੁਣਾਂ ਦਾ ਕਥਨ ਕੀਤਾ ਜਾਵੇ, ਤੇ ਉਹ ਸੰਗਤ ਹੈ, ਸਤ ਸੰਗਤ ਹੈ, ਸਤ ਸੱਚੇ ਦੀ ਜਿਹੜੀ ਸੰਗਤ। ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਦੇ ਵਾਸਤੇ ਕੋਈ ਕਰਮ ਕਰਨਾ ਉਹਨੂੰ ਕਹਿੰਦੇ ਨੇ ਸਤ ਕਰਮ। ਜਿਹੜਾ ਕਰਮ ਕਰਨਾ ਹੈ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਇਸ ਕਰਕੇ ਆਪਾਂ ਵੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਤ ਕਰਮ ਕਰੀਏ, ਸੱਚਾ ਕਰਮ ਕਰੀਏ, ਭਗਤੀ ਕਰੀਏ, ਸਿਮਰਨ ਕਰੀਏ, ਨਾਮ ਜਪੀਏ। ਬਾਕੀ ਹੋਰ ਸਾਰੀ ਸੰਗਤ ਦਾ ਧੰਨਵਾਦ ਮਹਾਂਪੁਰਖਾਂ ਵੱਲੋਂ ਵੀ, ਤੇ ਭੈਣ ਜਸਵਿੰਦਰ ਕੌਰ, ਭੈਣ ਮਨਦੀਪ ਕੌਰ ਵੱਲੋਂ ਵੀ, ਜਿਨ੍ਹਾਂ ਸਾਰੀ ਸੰਗਤਾਂ ਨੇ ਇਹ ਆਪਣੀ ਆਪਣੀ ਸੇਵਾ ਦਾ ਹਿੱਸਾ ਪਾ ਕੇ ਇਹ ਬੜੇ ਸੋਹਣੇ ਮਹਿਲ ਇਹ ਭੈਣਾਂ ਵਾਸਤੇ ਜਿਨ੍ਹਾਂ ਨੇ ਸਤਿਗੁਰਾਂ ਦੀ ਕਿਰਪਾ ਨਾਲ ਤਿਆਰ ਕਰਵਾਏ ਨੇ, ਤੇ ਸਾਰੀ ਸੰਗਤ ਦਾ ਧੰਨਵਾਦ, ਪਾਠੀ ਸਿੰਘਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪ੍ਰੇਮ ਨਾਲ, ਬੜੇ ਅਦਬ ਸਤਿਕਾਰ ਨਾਲ ਸਤਿਗੁਰਾਂ ਦੀ ਪਵਿੱਤਰ ਇਲਾਹੀ ਗੁਰਬਾਣੀ ਦੇ ਜਾਪ ਕੀਤੇ ਨੇ। ਸੋ ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਸਮਾਪਤੀ ਹੈ, ਬਾਕੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਕਥਾ ਤੋਂ ਬਾਅਦ ਦੱਸਾਂਗੇ। ਦੇਹੋ ਸੱਜਣ ਅਸੀਸੜੀਆ, ਜੇ ਹੋਵੇ ਸਾਹਿਬ ਸਿਓ ਮੇਲ, ਤੂੰ ਭਾਰੋ ਸਵਾਮੀ ਮੇਰਾ, ਸੰਤਾਂ ਪਰਵਾਸਾ ਤੇਰਾ, ਨਾਨਕ ਪ੍ਰਭ ਸਰਨਾਈ, ਮੁਖ ਨਿੰਦਕ ਕੈ ਸ਼ਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ।
प्राण नाथ अनाथ सखे दीन दर्द निवार। हे समर्थ अगम पूरन मोहे मया तार। अंधकूप महापयान नानक पार उतार। आए प्रभ शरणागति कृपा निध दयाल। एक अखर हर मन बस्त नानक होत निहाल। वाहिगुरु नाम जहाज है चढ़े सोतरे पार। जो शरदा कर सेव दे पारे उतार नहार। जो शरदा कर सेव दे पारे उतार नहार। वाहिगुरु जी का खालसा वाहिगुरु जी की फतेह। तुम पहर दास जियो पिंड सा।